आयो रे नंबर नोट करो जो मर्जी कर ली ठीक है ना। कोई नहीं कोई नंबर नोट कर। राजू तेरे 9 बजे सारे सदर फाइल का आए थे लाया पता देखो हाँ वो जो बदमाशी की थी ज़्यादा साल आ रहे चलो कोई नहीं हाँ और लाया क्या तो पेंट से बंदे दो मोते आ गए चलो कोई नहीं बेड हाँ चलो कोई नहीं किधर जाओ ना पता नहीं किधर गया तो गया थी मोटर से अगर लाके एक इंतज़ाम करते यानी क्या यहाँ बच गया जी मास्टर जाना यार हाँ जी की ना की थोड़ा जी मेरा नाम कुलदीप सिंह है जी केड़े पिंड दे रहने वाले मैं कौड़ियाल तो रहने वाला जी किवें इकट्ठे किवें होए मेरे पिंड दे विच इक नशा छड़ाऊ मुहिम चली हुई है उस दे तहत असीं इक कमेटी बनाई हुई है जो कि पिंड दा सुधार कर सकीए पिंड नूं चंगे रस्ते लै जा सकीए तां जो साडे महल्ले दे विच कुछ शरारती अंसर आ जो चिट्टे दा सेवन भी करदे और सेल भी करदे आ उह सेल्स नूं अज साडे बच्चे कोई 2-3 आ रहे सी उधरों उह बच्चियां ने किते वीडियो बना ली भी चलो कोई बाहर दे अंसर सी क्योंकि मुहिम चलदी ठिकरी पैरे दी क्योंकि बाहर दा अंसर आवे ਉਹ ਜਲਿਆਂਦਾ ਜਾਂ ਕਿਵੇਂ ਵੀ ਉਹਨੂੰ ਰੋਕਿਆ ਜਾਵੇ ਉਹਨਾਂ ਨੇ ਉਹ ਗੱਡੀ ਦੀ ਵੀਡੀਓ ਤੋਂ ਬਣਾਈ ਜਿਹੜਾ ਸ਼ਰਾਰਤੀ ਆਂਸਰ ਸੀ ਜੋ ਉਸਨੇ ਉਸ ਬੱਚਿਆਂ ਦਾ ਪਿੱਛਾ ਕੀਤਾ ਬੱਚੇ ਜੋ ਭੱਜ ਕੇ ਸਾਡੀ ਕਮੇਟੀ ਤੇ ਅੰਦਰ ਆਏ ਫਿਰ ਸਾਨੂੰ ਪਤਾ ਲੱਗਿਆ ਜੋ ਕਿ ਅਸੀਂ ਪ੍ਰਸ਼ਾਸਨ ਦੀ ਮਤਲਬ ਕਿ ਮਦਦ ਲੈ ਕੇ ਉਹਨਾਂ ਦੇ ਘਰ ਗਏ ਉਹ ਬੰਦਾ ਉੱਥੋਂ ਫਰਾਰ ਹੋ ਚੁੱਕਿਆ ਸੀ ਕੀ ਮੈਸੇਜ ਕੀ ਦੇਣਾ ਚਾਹੁੰਦੇ ਜਿਹੜਾ ਨਸ਼ਾ ਵੇਚ ਰਿਹਾ ਇਹ ਦੇਣਾ ਤੇ ਇਹਨਾਂ ਨੂੰ ਆ ਵੀ ਜਿਹੜਾ ਜੋ ਕਿ ਗਲਤ ਕੰਮ ਕਰ ਰਿਹਾ ਉਹਦੇ ਤੇ ਤੁਰੰਤ ਐਕਸ਼ਨ ਹੋਇਆ ਜਾਵੇ ਐਕਸ਼ਨ ਲਿਆ ਜਾਵੇ ਪ੍ਰਸ਼ਾਸਨ ਬੇਨਤੀ ਹੈ ਹਾਂਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਸ਼ੇਖਰ ਹੈ ਜੀ ਕਿਵੇਂ ਇਕੱਠੇ ਹੋਏ ਪਿੰਡ 'ਚ ਜੀ ਪਿੰਡ 'ਚ ਜੀ ਅਸੀਂ ਟਿੱਕਰੀ ਪਹਿਰਾ ਲਗਾਉਂਦੇ ਹੈਗੇ ਹਾਂ ਰੋਜ਼ ਜਿੰਨੇ ਵੀ ਮੈਂਬਰ ਬਣੇ ਹੈਗੇ ਪਿੰਡ ਦੇ ਸਾਰੇ ਜਿਵੇਂ 50-60 ਹੈਗੇ ਮੈਂਬਰ ਜਿਵੇਂ ਵੀ ਅਸੀਂ ਟਿੱਕਰੀ ਪਹਿਰਾ ਲਾਉਂਦੇ ਹਾਂ ਅਤੇ ਅੱਜ ਕੀ ਹੋਇਆ ਜਿਵੇਂ ਵੀਡੀਓ ਬਣਾ ਰਿਹਾ ਸੀ ਕੋਈ ਨਸ਼ਾ ਕਰ ਰਿਹਾ ਸੀ ਜਾਂ ਵੇਚ ਰਿਹਾ ਸੀ ਉਹਦਾ ਨਾਂ ਕਾਕਾ ਹੈਗਾ ਅਤੇ ਉਹ ਕੀ ਕਰ ਰਿਹਾ ਸੀ ਅਤੇ ਉਹ ਵੀਡੀਓ ਬਣਾ ਰਿਹਾ ਸੀ ਉਹਨੇ ਕੀ ਕੀਤਾ ਉਹਦੇ ਪਿੱਛੇ ਕਾਪਾ ਲੈ ਕੇ ਭੱਜਿਆ ਅਤੇ ਉਹ ਕੀ ਹੋਇਆ ਮੰਦਿਰ ਦੇ ਜਿਵੇਂ ਹੈ ਨਾਲ ਆ ਗਏ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕੀ ਹੈ ਕੋਲ ਕੀਤੀ ਤੋ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਗਏ ਹੁਣ ਉਹਨਾਂ ਦੇ ਘਰੇ ਗਏ ਤੇ ਉਹਨਾਂ ਦੇ ਘਰੋਂ ਵੀ ਸਾਨੂੰ ਗਾਲਾਂ ਗਲੋਚ ਕਰਦੇ ਰਹੇ ਗਏ ਅੱਗੋਂ ਵੀ ਹਾਂ ਐਵੇਂ ਸਾਡਾ ਮੁੰਡਾ ਇਹ ਨਹੀਂ ਕਰਦਾ ਉਹ ਨਹੀਂ ਕਰਦਾ ਗਾ ਤੇ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਜਿਵੇਂ ਹਮਾਇਤੀ ਕਰਦੇ ਆ ਪਿੰਡ 'ਚ ਉਵੇਂ ਹੋ ਰਿਹਾ ਸੀ ਤਾਂ ਕਰਕੇ ਵੀ ਇਹ ਗੱਲ ਹੈ ਅਸੀਂ ਚਾਹੁੰਦੇ ਹਾਂ ਵੀ ਪਿੰਡ 'ਚ ਜਿਹੜਾ ਵੀ ਕੋਈ ਨਸ਼ਾ ਕਰਦਾ ਹੈਗਾ ਜਾਂ ਵੇਚਦਾ ਹੈਗਾ ਉਹਨਾਂ ਨੂੰ ਗੁਜ਼ਾਰਿਸ਼ ਹੈ ਵੀ ਅਸੀਂ ਵੀ ਐਕਸ਼ਨ ਲੈਣਾ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨਾਲ ਬਟ ਉਹ ਜਿਵੇਂ ਵੀ ਹੈ ਸੁਧਰ ਜਾਣ ਉਹਨਾਂ ਨੂੰ ਇੱਕੋ ਹੀ ਹੈ ਸੰਦੇਸ਼ ਕਿ ਜੋ ਅਸੀਂ ਕਾਰਵਾਈ ਕਰਨੀ ਉਹ ਕਰ ਵੀ ਸਕਦੇ ਹਾਂ ਤੇ ਸਿਖਾ ਵੀ ਸਕਦੇ ਹਾਂ ਸਭ ਕੁਝ ਆਉਂਦਾ ਸਾਨੂੰ ਵੀ ਹਥਿਆਰ ਚੱਕਣੇ ਆਉਂਦੇ ਹੈਗੇ ਆ ਬਟ ਜੋ ਵੀ ਹੈਗਾ ਉਹਨਾਂ ਨੂੰ ਇਹੀ ਹੈ ਗੁਜ਼ਾਰਿਸ਼ ਕਿ ਜਲਦ ਤੋਂ ਜਲਦ ਇਹ ਖਤਮ ਕੀਤਾ ਜਾਵੇ ਕੰਮ ਤੁਹਾਡਾ ਹੋਰ ਕੋਈ ਰੋਜ਼ਗਾਰ ਹੈਗਾ ਤਾਂ ਉਹ ਕੀਤਾ ਜਾ ਸਕਦਾ ਨਹੀਂ ਵੀਡੀਓ ਕਾਹਦੀ ਬਣਾਈ ਕਿਹਨੇ ਬਣਾਈ ਵੀਡੀਓ ਦੀ ਵੀਡੀਓ ਜਿਹੜਾ ਮੁੰਡਾ ਬਣਾ ਰਿਹਾ ਸੀ ਉਹ ਚਿੱਟਾ ਵੇਰਾ ਦੇ ਰਿਹਾ ਸੀ ਕਿਸੇ ਨੂੰ ਤਾਂ ਪਤਾ ਨਹੀਂ ਪੀ ਰਿਹਾ ਸੀ ਉਹ ਉਹਦੇ ਪਿੱਛੇ ਵੀਡੀਓ ਬਣਾ ਰਿਹਾ ਸੀ ਤੇ ਉਹ 3 ਜਣੇ ਸੀ ਉਹ ਵਿਚਾਰੇ ਕੀ ਸੀ ਉਹ ਥੋੜਾ ਬੱਚਾ ਸੀ ਤੇ ਉਹਨੂੰ ਇੰਨਾ ਧਿਆਨ ਨਹੀਂ ਸੀ ਉਹ ਪਿੱਛੇ ਭੱਜਿਆ ਉਦੋਂ ਉਹ ਕੀ ਹੋਇਆ ਸਾਡੇ ਪਿੰਡ ਦੇ ਵਿੱਚ ਸੱਥ ਦੇ ਵਿੱਚ ਆ ਗਿਆ ਭੱਜ ਕੇ ਕਦੋਂ ਦੀ ਗੱਲ ਹੈ ਇਹ ਅੱਜ ਦੀ ਗੱਲ ਹੈ ਜੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਯਾਸ ਕੀਤੇ ਜਾ ਰਹੇ ਅਸੀਂ ਕੀ ਹੈ ਜੀ ਕੋਸ਼ਿਸ਼ ਕਰ ਰਹੇ ਹਾਂ ਜ਼ਿਆਦਾ ਜ਼ਿਆਦਾ ਬੰਦੇ ਜੋੜ ਕੇ ਪਿੰਡ ਦੇ ਉਸ ਤੋਂ ਮੁਹਿੰਮ ਨੂੰ ਜਾਰੀ ਰੱਖਿਆ ਜਾਵੇ ਤਾਂ ਜ਼ਿਆਦਾ ਤੋਂ ਜ਼ਿਆਦਾ ਪਿੰਡ ਨੂੰ ਵੀ ਗੁਜ਼ਾਰਿਸ਼ ਹੈ ਸਾਡੀ ਕਿ ਸਾਡਾ ਸਹਿਯੋਗ ਕੀਤਾ ਜਾਵੇ ਵੱਧ ਤੋਂ ਵੱਧ ਕਿੱਥੋਂ ਰਹਿਣ ਵਾਲੇ ਹੋ ਕੋੜਿਆਲੀ ਦੇ ਪਿੰਡ ਦੇ ਆ ਅੱਛਾ ਕੀ ਮਾਮਲਾ ਕੀ ਹੈ ਕਿਵੇਂ ਤੁਹਾਡੇ ਇਕੱਠੇ ਹੋ ਕੇ ਆਏ ਆ
खास एप्लीकेशन लिखो एसएचओ साहब नूं कारवाई बंदी करन।